ਸੋ ਆਪਣੀ ਲੱਕੇ ਚ ਜਿਹੜੀ ਵੋਟ ਹੈ ਉਹ ਆਮ ਆਦਮੀ ਪਾਰਟੀ ਨੂੰ ਦੇਣਾ ਕਿਉਂਕਿ ਸੈਂਟਰ ਵਿੱਚ ਮੋਦੀ ਜੀ ਦੀ ਸਰਕਾਰ ਬਣਨ ਜਾ ਰਹੀ ਹੈ, ਆਪਾਂ ਸਾਰੇ ਜਾਣਦੇ ਹਾਂ। ਅਗਰ ਸੈਂਟਰ ਚ ਮੋਦੀ ਜੀ ਦੀ ਸਰਕਾਰ ਹੋਏਗੀ ਔਰ ਅਗਰ ਸੁਸ਼ੀਲ ਕੁਮਾਰ ਰੇਖੂ ਜੀ ਨੂੰ ਆਪਾਂ ਇੱਥੋਂ ਐਮ ਪੀ ਬਣਾ ਕੇ ਭੇਜਾਂਗੇ ਤੇ ਜਿੰਨੇ ਵੀ ਜਲੰਧਰ ਸ਼ਹਿਰ ਦੇ ਹਿੱਸੇ ਗ੍ਰਾਂਟ ਆਉਂਦੀ ਹੈ ਉਹ ਸਾਰੀ ਦੀ ਸਾਰੀ ਜਿਹੜੀ ਗ੍ਰਾਂਟ ਹੈ, ਸਾਰਾ ਦਾ ਸਾਰਾ ਫੰਡ ਹੈ ਉਹ ਜਲੰਧਰ ਸ਼ਹਿਰ ਵਿੱਚ ਆਏ। ਔਰ ਜੇ ਆਪਾਂ ਦੂਸਰੀਆਂ ਪਾਰਟੀਆਂ ਨੂੰ, ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਵਾਲੇ, ਜੇ ਆਪਾਂ ਉਹਨਾਂ ਨੂੰ ਵੋਟ ਪਾਵਾਂਗੇ ਤੇ ਤੁਹਾਡੀ ਉਹ ਵੋਟ ਵਿਅਰਥ ਜਾਏਗੀ, ਕਿਉਂਕਿ ਸੈਂਟਰ ਚ ਮੋਦੀ ਜੀ ਦੀ ਸਰਕਾਰ ਹੋ ਜਾਏਗੀ ਤੇ ਕਾਂਗਰਸ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਐਮ ਪੀ ਉਹਨਾਂ ਨੂੰ ਗ੍ਰਾਂਟ, ਆਪਾਂ ਪਹਿਲੇ ਵੀ ਦੇਖ ਚੁੱਕੇ ਹਾਂ ਕਿ ਜਦੋਂ ਕਾਂਗਰਸ ਦੇ ਐਮ ਪੀ ਨੇ ਤੇ ਉਹ ਜਲੰਧਰ ਸ਼ਹਿਰ ਦਾ ਕਿੰਨਾ ਕੁ ਵਿਕਾਸ ਹੋਇਆ। ਸੋ ਆਪਣੀ ਲੱਕੇ ਚ ਜਿਹੜੀ ਵੋਟ ਹੈ ਉਹ ਆਮ ਆਦਮੀ ਪਾਰਟੀ ਨੂੰ ਦੇਣਾ। ਔਰ ਮੈਨੂੰ ਆਪਣੀਆਂ ਭੈਣਾਂ ਤੇ ਹਮੇਸ਼ਾ ਮਾਣ ਰਿਹਾ ਕਿਉਂਕਿ ਜਦੋਂ ਜਦੋਂ ਵੀ ਤੁਸੀਂ ਮੇਰੇ ਨਾਲ ਕਦਮ ਮਿਲਾ ਕੇ ਚੱਲੇ ਹੋ ਤੁਸੀਂ ਮੇਰਾ ਸਾਥ ਦਿੱਤਾ। ਇੱਕ ਵੋਟ ਜਿਹੜੀ ਹੈ ਉਹ ਬੀਜੇਪੀ ਨੂੰ ਦੇਣਾ, ਇੱਕ ਵੋਟ ਜਿਹੜੀ ਹੈ ਉਹ ਬੀਜੇਪੀ ਨੂੰ ਦੇਣਾ।